ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨੌਜਵਾਨ ਵੀਰ ਕੈਨੇਡਾ ਤੋਂ ਸਪੈਸ਼ਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੋਟ ਪਾਉਣ ਵਾਸਤੇ ਆਏ। ਵੀਰ ਜੀ ਦੱਸਿਓ ਮਾੜਾ ਜਿਹਾ ਕਿੰਨਾ ਕੁ ਰੁਝਾਨ ਆ ਜੀ? ਰੁਝਾਨ ਭਾਜੀ ਫੁੱਲ ਆ, ਅਸੀਂ ਹਲੇ ਕੱਲ ਹੀ ਆਏ ਆ ਤੇ ਜਿੰਨੀ ਵੀ ਸਾਡੇ ਕੋਲ ਸੇਵਾ। ਕੈਨੇਡਾ ਕਿਹੜੇ ਸ਼ਹਿਰ ਤੋਂ ਆਏ ਜੀ? ਮੈਂ ਐਡਮਿੰਟਨ ਤੋਂ ਆ ਭਾਜੀ। ਅੱਛਾ ਜੀ, ਇਹ ਵੋਟ ਪਾਉਣ ਦਾ ਕਰਕੇ ਆਏ? ਹਾਂ, ਵੋਟ ਹੁਣ ਇੱਕ ਤਰੀਕ ਨੂੰ ਵੋਟਾਂ ਵਾ, 30-31 ਨੂੰ ਮੇਰੇ ਮੰਮੀ ਡੈਡੀ ਵੀ ਆ ਰਹੇ, ਉਹਨਾਂ ਵੀ ਆ ਕੇ ਪਾਉਣੀ ਇੱਕ ਤਰੀਕ ਨੂੰ ਵੋਟ। ਵਾਹ ਜੀ ਵਾਹ, ਤੇ ਮੈਂ ਪਹਿਲਾਂ ਆ ਗਿਆ ਤੇ ਮਾੜੀ ਮੋਟੀ ਸੇਵਾ ਕਰੀਏ, ਜੇ ਕਿਸੇ ਨੂੰ ਕਹਿ ਸਕਦੇ ਤੇ ਕਹੀਏ। ਠੀਕ ਹੈ, ਅਸੀਂ ਜਰੂਰ ਵੋਟ ਪਾਉਣੀ ਹੈ। ਹੋਰ ਕੈਨੇਡਾ ਦੇ ਵਿੱਚ ਕਿਵੇਂ ਰੁਝਾਨ? ਬਹੁਤ ਵਧੀਆ। ਕੈਨੇਡਾ ਭਾਜੀ ਸਾਰਿਆਂ ਦਾ ਹੀ ਇੱਧਰ ਹੀ ਆ ਆਪਣਾ, ਇਸੇ ਆਪਾਂ ਆਤਪਾਲ ਦੇ ਹੱਕ ਹੀ ਸਾਰੇ ਵੋਟ ਪਾਉਣ ਨੂੰ ਤਿਆਰ ਆ। ਠੀਕ ਹੈ ਜੀ, ਕੈਨੇਡਾ ਦੇ ਵਿੱਚੋਂ ਹੋਰ ਵੀ ਨੌਜਵਾਨ ਆ ਰਹੇ ਆ ਕੋਈ? ਭਾਜੀ ਆ ਰਹੇ ਆ, ਲਾਈਕ ਕੋਈ ਵੀਡੀਓ ਪਾ ਰਿਹਾ ਕੋਈ ਨਹੀਂ ਪਾ ਰਿਹਾ, ਪਰ ਬੰਦੇ ਆ ਰਹੇ ਆ, ਕਿਉਂਕਿ ਉਹਨਾਂ ਨੂੰ ਇਹ ਆ ਵੀ ਯਾਰ ਕਿ ਸਾਡੇ ਹਲਕੇ ਦੇ ਪਹਿਲਾਂ ਵੀ ਬੀਬੀ ਖਾਲੜਾ ਨੂੰ ਜਿੱਦਾਂ ਵੋਟਾਂ ਪਈਆਂ ਬਹੁਤ, ਪਰ ਉਹ ਨਹੀਂ ਜਿੱਤ ਸਕੇ, ਪਰ ਐਰ ਕਿ ਸਾਨੂੰ ਇਹ ਵੀ ਯਾਰ ਕਿ ਜਿਤਾਉਣਾ ਹੀ ਚਾਹੁੰਦਾ। ਠੀਕ ਹੈ। ਅੱਛਾ, ਤੁਹਾਡੇ ਮਾਤਾ ਪਿਤਾ ਜੀ ਵੀ ਆ ਰਹੇ ਆ? ਉਹਨਾਂ ਨੇ ਆਉਣਾ ਵਾ 30 ਨੂੰ, ਇੱਕ ਨੂੰ ਉਹ ਵੀ ਵੋਟ ਪਾਉਣਗੇ। ਠੀਕ ਹੈ ਜੀ, ਤੇ ਹੁਣ ਅਸੀਂ ਆਪਣੇ ਨਾਨਕੇ ਸੱਦਾ ਦੇ ਕੇ ਆਏ ਵੀ ਵੋਟ ਵੱਧ ਤੋਂ ਵੱਧ ਪਾਓ, ਜਿੰਨਾ ਅਸੀਂ ਆਪਣੇ ਤੌਰ ਤੇ ਕਰ ਸਕਦੇ। ਬਿਲਕੁਲ, ਇਹ ਤੁਹਾਡਾ ਫਰਜ਼ੀ ਆ, ਮਤਲਬ ਇਹਨੂੰ ਆਪਾਂ ਕਹਿ ਨਹੀਂ ਸਕਦੇ, ਕਿਉਂਕਿ ਆਪਣਾ ਫਰਜ਼ ਹੈ, ਆਪਣਾ ਮਾਝੇ ਦਾ ਜਰਨੈਲ ਆ ਭਾਈ ਅੰਮ੍ਰਿਤਪਾਲ ਸਿੰਘ। ਅਸੀਂ ਭਾਈ ਇੰਡੀਵਿਜੁਅਲੀ ਕਹਿ ਰਹੇ, ਮਤਲਬ ਇਹ ਨਹੀਂ ਕਿ ਕਿਸੇ ਦੇ ਨਾਲ ਜਾ ਕੇ ਕਹਿ ਰਹੇ, ਪਰ ਜਿੰਨਾ ਵੀ ਸਾਨੂੰ ਕੋਈ ਵੀ ਮਿਲ ਰਿਹਾ ਵਾ, ਅਸੀਂ ਕਹਿ ਰਹੇ ਵੀ ਵੋਟ ਵੱਧ ਤੋਂ ਵੱਧ ਪਾਓ, ਅਸੀਂ ਵੀ ਪਾਉਣੀ, ਸਾਰੇ ਪਾਉਣ। ਠੀਕ ਹੈ, ਅਸੀਂ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਧੰਨਵਾਦ। ਮਿਹਰਬਾਨੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ।